ਮੈਂ ਕਿਹਾ ਵੀ ਮੈਂ ਖੂਜ ਵੀ ਛਾਲ ਮਾਰ ਸਕਦਾ, ਹੁਣ ਦੱਸੋ ਅਕਾਲੀ ਦਲ ਦੇ ਵਿੱਚ ਕੋਈ ਬਾਹਰ ਹੈ ਜੀ? ਖੂਜ ਤਾਂ ਜਦ ਤੁਸੀਂ ਮੋਟੀ ਗੱਲ ਪੰਜਾਬੀ 'ਚ ਆਪਾਂ ਕਹਿਤੀ, ਮੈਂ ਇਹਨਾਂ ਦੇ ਕਹਿਣ 'ਤੇ ਖੂਜ ਵੀ ਛਾਲ ਮਾਰ ਸਕਦਾ, ਇਹ ਸਾਰਾ ਕੁਛ ਵਿੱਚ। ਮੈਂ ਇਹ ਕਹਿੰਦਾ ਕਿ ਇਲੈਕਸ਼ਨ ਜਿਹੜੀ ਕੰਪੇਨ ਆ ਉਹ ਸ਼ੁਰੂ ਨਹੀਂ ਹੋ ਸਕਦੀ, ਕਿਉਂਕਿ ਵਰਕਰ ਜਿਹੜੇ ਆ ਇੰਨੇ ਐਡਾਮੈਂਟ ਨੇ, ਉਹ ਕੰਪੇਨ ਜਿਹੜੀ ਆ ਸ਼ੁਰੂ ਕਿਸੇ ਹਾਲਤ ਦੇ ਵਿੱਚ ਨਹੀਂ ਕਰਨ ਦਿੰਦੇ। ਆ ਬੈਠੇ ਨੇ ਮੇਰੇ ਕੋਲ ਲਤੀਫਪੁਰੇ ਦੇ, ਆ ਇਹਨਾਂ ਦੇ ਘਰ ਢਾਹ ਤੇ, ਇਹਨਾਂ ਦੇ ਪਰਿਵਾਰਾਂ ਦੇ ਵਿੱਚ ਕਰਤਾ, ਕਿਸੇ ਮੈਂਬਰ ਪਾਰਲੀਮੈਂਟ ਨੇ ਆ ਕੇ ਇਹਨਾਂ ਨੂੰ ਕਦੇ ਟੈਲੀਫੋਨ ਤੱਕ ਨਹੀਂ ਕੀਤਾ। ਜਲੰਧਰ ਤੋਂ ਕਾਂਗਰਸ ਦੀ ਤੜੇਬੰਦੀ ਨੂੰ ਲੈ ਕੇ ਵੱਡੀ ਖਬਰ ਹੈ। ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਮਹਿੰਦਰ ਸਿੰਘ ਕੇਪੀ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਉਨ੍ਹਾਂ ਦੇ ਸਮਰਥਕ ਕਹਿਣਗੇ ਤਾਂ ਉਹ ਅਕਾਲੀ ਦਲ ਵਿੱਚ ਵੀ ਜਾ ਸਕਦੇ ਨੇ। ਕੇਪੀ ਨੇ ਕਿਹਾ ਕਿ ਇਸਦਾ ਫੈਸਲਾ ਉਨ੍ਹਾਂ ਦੇ ਸਮਰਥਕਾਂ ਨੇ ਲੈਣਾ ਹੈ ਅਤੇ ਜੋ ਵੀ ਫੈਸਲਾ ਹੋਵੇਗਾ ਉਸ ਨੂੰ ਮੰਨਣਗੇ ਅਤੇ ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਹੈ। ਮੈਂ ਕਿਹਾ ਵੀ ਮੈਂ ਖੂਜ ਵੀ ਛਾਲ ਮਾਰ ਸਕਦਾ, ਹੁਣ ਦੱਸੋ ਅਕਾਲੀ ਦਲ ਦੇ ਵਿੱਚ ਕੋਈ ਬਾਹਰ ਹੈ ਜੀ? ਖੂਜ ਤਾਂ ਜਦ ਤੁਸੀਂ ਮੋਟੀ ਗੱਲ ਪੰਜਾਬੀ 'ਚ ਆਪਾਂ ਕਹਿਤੀ, ਮੈਂ ਇਹਨਾਂ ਦੇ ਕਹਿਣ 'ਤੇ ਖੂਜ ਵੀ ਛਾਲ ਮਾਰ ਸਕਦਾ, ਅਤੇ ਸਾਰਾ ਕੁਛ ਵਿੱਚ ਹੀ ਆ ਜਾਂਦਾ, ਤੁਸੀਂ ਸਮਝ ਲਓ। ਮੈਨੂੰ ਇਹ ਕਹਿਣ ਕਾਕਾ ਖੂਜ ਛਾਲ ਮਾਰ ਦੇ, ਮੈਂ ਖੂਜ ਛਾਲ ਮਾਰ ਦੇ। ਨਹੀਂ ਉਹਨਾਂ ਨੂੰ ਦਾ ਹੀ ਗੱਲ ਹੋਈ ਹੈ ਵੀ ਮੈਂ ਆਪਣੇ ਪਰਿਵਾਰ 'ਚ ਫੈਸਲਾ ਕਰਨਾ ਹਲੇ। ਅੱਜ ਕਾਫੀ ਦੇਰ ਮੀਟਿੰਗ ਚੱਲੀ ਹੈ ਤੁਹਾਡੀ, ਉਹਦੇ 'ਚ ਕੀ ਨਤੀਜਾ ਸਾਹਮਣੇ? ਨਹੀਂ ਬਹੁਤ ਸਾਰੀਆਂ ਗੱਲਾਂ ਦੱਸੀਆਂ ਗਈਆਂ, ਇਕੱਲੇ ਇਕੱਲੇ ਬੰਦੇ ਦੀ ਗੱਲ ਦੱਸੀ ਗਈ ਆ ਵੀ ਇਸ ਬੰਦੇ ਨੂੰ ਕੀ ਤਕਲੀਫ਼ ਹੈ, ਇਹਨੂੰ ਕੀ ਤਕਲੀਫ਼ ਹੈ, ਇਹਨੂੰ ਕੀ ਤਕਲੀਫ਼ ਹੈ, ਉਹ ਸਾਰੀਆਂ ਉਹਨਾਂ ਨੂੰ ਦੱਸ ਦਿੱਤੀਆਂ ਵੀ ਤੁਸੀਂ ਜਾ ਕੇ ਉੱਥੇ ਹਾਈਕਮਾਂਡ ਨਾਲ ਗੱਲ ਕਰੋ। ਹਾਈਕਮਾਂਡ ਅਲਟੀਮੇਟਲੀ ਤਾਂ ਜੋ ਵੀ ਫੈਸਲਾ ਕਰਨਾ ਹਾਈਕਮਾਂਡ ਨੇ ਕਰਨਾ, ਜੋ ਆ ਲੋਕਾਂ ਦੀਆਂ ਭਾਵਨਾਵਾਂ ਹੈ ਉੱਥੇ ਤੱਕ ਪਹੁੰਚਾ ਦਿਓ, ਠੀਕ ਹੈ। ਮੈਂ ਕਹਿ ਤਾਂ ਰਿਹਾ, ਮੇਰੇ ਸਾਥੀ ਕਹਿਣਗੇ ਖੂਹ 'ਚ ਛਾਲ ਮਾਰਦੇ, ਮੈਂ ਖੂਹ 'ਚ ਛਾਲ ਮਾਰਨ ਨੂੰ ਤਿਆਰ ਹਾਂ। ਉਧਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੇਪੀ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਨਿੱਜੀ ਤੌਰ ਤੇ ਉਹਨਾਂ ਨੂੰ ਮਿਲਣ ਆਏ ਸਨ ਅਤੇ ਉਹਨਾਂ ਨੂੰ ਇਹ ਗੱਲ ਵੀ ਦੱਸੀ ਹੈ ਕਿ ਜੇਕਰ ਵਰਕਰਾਂ ਦੀ ਗੱਲ ਵੱਲ ਕਾਂਗਰਸ ਹਾਈਕਮਾਂਡ ਨੇ ਗੌਰ ਨਾ ਕੀਤਾ ਤਾਂ ਵਰਕਰ ਚੋਰ ਕੈਂਪੇਨ ਸ਼ੁਰੂ ਨਹੀਂ ਹੋਣ ਦੇਣਗੇ। ਕੇਪੀ ਨੇ ਕਾਂਗਰਸ ਦੇ ਜਲੰਧਰ ਤੋਂ ਮੌਜੂਦਾ ਸਾਂਸਦ ਚੌਧਰੀ ਸੰਤੋਖ ਸਿੰਘ ਦਾ ਨਾਮ ਲਏ ਬਗੈਰ ਇੱਥੋਂ ਤੱਕ ਕਿਹਾ ਕਿ ਵਰਕਰਾਂ ਦੇ ਘਰ ਤੱਕ ਢਹਿ ਗਏ ਪਰ ਕਿਸੇ MP ਨੇ ਇਹਨਾਂ ਨੂੰ ਪੁੱਛਿਆ ਤੱਕ ਨਹੀਂ। ਸੁਖਜਿੰਦਰ ਸਿੰਘ ਰੰਧਾਵਾ ਸਾਡੇ ਪੰਜਾਬ ਦੇ ਮੰਤਰੀ ਆ ਔਰ ਮੇਰੇ ਪਿਤਾ ਜੀ ਸਰਦਾਰ ਦਰਸ਼ਨ ਸਿੰਘ KP ਸ਼ਹੀਦ ਏ ਆਜ਼ਮ ਅਤੇ ਸਰਦਾਰ ਸੰਤੋਖ ਸਿੰਘ ਰੰਧਾਵਾ ਬਹੁਤ ਲੰਬਾ ਸਮਾਂ ਆਪਸ ਦੇ ਵਿੱਚ ਰਾਜਨੀਤਿਕ ਜਿਹੜੀਆਂ ਉਹ ਸ਼ੇਅਰ ਕੀਤੀ ਉਹਨਾਂ ਨੇ ਰਾਜਨੀਤੀ, ਉਹ ਆਪਣੀ ਕਪੈਸਿਟੀ ਪਰਸਨਲ ਕਪੈਸਿਟੀ ਦੇ ਵਿੱਚ ਆਏ ਸੀ, ਜਿਵੇਂ ਹਰ ਬੰਦਾ ਮੇਰੇ ਨਾਲ ਆਪਣੀ ਸਾਂਝ ਕਰਨ ਆ ਰਿਹਾ ਵੀ ਠੀਕ ਨਹੀਂ ਹੋਇਆ, ਮਾੜਾ ਹੋਇਆ, ਇਹ ਕੀਤਾ ਅਤੇ ਨਾਲ ਨਾਲ ਉਹਨਾਂ ਨੂੰ ਵੀ ਮੈਂ ਇਹ ਵੀ ਦੱਸਿਆ ਕਿ ਤੁਸੀਂ ਪਰਸਨਲ ਕਪੈਸਿਟੀ ਤੋਂ ਇਲਾਵਾ ਤੁਸੀਂ ਪੰਜਾਬ ਦੇ ਮੰਤਰੀ ਹੋ ਔਰ ਸਾਡੇ ਜਿਹੜੇ ਪ੍ਰਧਾਨ ਆ ਉਹਨਾਂ ਦੇ ਬੜੇ ਨਿਕਟਵਰਤੀ ਹੋ, ਉਹਨਾਂ ਨੂੰ ਆ ਕੇ ਦੱਸੋ ਵੀ ਆ ਸਾਡੇ ਜਿਹੜੇ ਜਲੰਧਰ ਦੇ ਜਿਹੜੇ ਸਾਡੇ ਕਾਂਗਰਸੀ ਵਰਕਰ ਆ ਉਹਨਾਂ ਦੀ ਇਹ ਭਾਵਨਾ ਆ ਔਰ ਵਰਕਰਾਂ ਦੇ ਵਿੱਚ ਬਹੁਤ ਵੱਡਾ ਰੋਸ਼ ਹੈ, ਇਸ ਕਰਕੇ ਜਿੰਨਾ ਚਿਰ ਤੁਸੀਂ ਵਰਕਰਾਂ ਦਾ ਰੋਸ਼ ਦੂਰ ਨਹੀਂ ਕਰਦੇ ਇੱਥੇ, ਮੈਂ ਇਹ ਕਹਿੰਦਾ ਕਿ ਇਲੈਕਸ਼ਨ ਜਿਹੜੀ ਕੰਪੇਨ ਆ ਉਹ ਸ਼ੁਰੂ ਨਹੀਂ ਹੋ ਸਕਦੀ, ਕਿਉਂਕਿ ਵਰਕਰ ਜਿਹੜੇ ਆ ਇੰਨੇ ਐਡਾਮੈਂਟ ਨੇ, ਉਹ ਕੰਪੇਨ ਜਿਹੜੀ ਆ ਸ਼ੁਰੂ ਕਿਸੇ ਹਾਲਤ ਦੇ ਵਿੱਚ ਨਹੀਂ ਕਰਨ ਦੇਣਗੇ। ਆ ਬੈਠੇ ਨੇ ਮੇਰੇ ਕੋਲ ਲਤੀਫਪੁਰੇ ਦੇ, ਆ ਜਾ ਇਹਨਾਂ ਦੇ ਘਰ ਢਾਹ ਤੇ, ਇਹਨਾਂ ਦੇ ਪਰਿਵਾਰਾਂ ਦੇ ਵਿੱਚ ਕਰਤਾ, ਕਿਸੇ ਮੈਂਬਰ ਪਾਰਲੀਮੈਂਟ ਨੇ ਆਣ ਕੇ ਇਹਨਾਂ ਨੂੰ ਕਦੇ ਟੈਲੀਫੋਨ ਤੱਕ ਨਹੀਂ ਕੀਤਾ, ਕਿੱਦਾਂ ਇਹ ਲੋਕ ਜਿਹੜੇ ਆ ਕਾਂਗਰਸ ਦੀ ਕੰਪੇਨ ਜਿਹੜੀ ਕਰਨਗੇ। ਸੋ ਇਹਨਾਂ ਦੇ ਸ਼ਿਕਵੇ ਗਿਲੇ ਜਿਹੜੇ ਆ ਦੂਰ ਕਰਨੇ ਚਾਹੀਦੇ ਆ ਅਤੇ ਫਿਰ ਹੀ ਜਾ ਕੇ ਕੰਪੇਨ ਇੱਥੇ ਸ਼ੁਰੂ ਹੋ ਸਕੇਗੀ। ਮੇਰਾ ਹਾਲੇ ਵੀ ਇਹੀ ਸਟੈਂਡ ਆ ਕਿ ਜਿੰਨਾ ਚਿਰ ਮੇਰਾ ਪਰਿਵਾਰ, ਮੇਰੇ ਸਾਥੀ
ਮੈਨੂੰ ਇਹ ਜੋ ਇਜਾਜ਼ਤ ਦੇਣਗੇ ਮੈਂ ਉਹ ਕਰਨਾ। ਜ਼ਿਕਰਯੋਗ ਹੈ ਜੇਕਰ ਕੇਪੀ ਦੇ ਸਮਰਥਕਾਂ ਨੇ ਉਹਨਾਂ ਨੂੰ ਅਕਾਲੀ ਦਲ ਵਿੱਚ ਜਾਣ ਦੀ ਹਰੀ ਝੰਡੀ ਦੇ ਦਿੱਤੀ ਜਾਂ ਫਿਰ ਆਜ਼ਾਦ ਤੌਰ ਤੇ ਚੋਣ ਲੜਨ ਦਾ ਫੈਸਲਾ ਲਿਆ ਜਾਂਦਾ ਹੈ ਤਾਂ ਕਾਂਗਰਸ ਲਈ ਬਹੁਤ ਵੱਡਾ ਡੈਮੇਜ ਹੋਵੇਗਾ, ਜਿਸ ਦਾ ਖਮਿਆਜ਼ਾ ਕਾਂਗਰਸ ਨੂੰ ਲੋਕ ਸਭਾ ਚੋਣਾਂ ਦੌਰਾਨ ਭੁਗਤਣਾ ਪੈ ਸਕਦਾ ਹੈ। ਸੂਤਰੇ ਵੀ ਕਹਿ ਰਹੇ ਨੇ ਕਿ ਕੇਪੀ ਦੇ ਹੱਕ ਵਿੱਚ ਨਿਤਰੇ ਆ ਕੇ ਵਰਕਰਾਂ ਨੇ ਰੋਸ ਨੂੰ ਦੇਖਦੇ ਹੋਏ ਕਾਂਗਰਸ ਹਾਈ ਕਮਾਂਡ ਵੱਲੋਂ ਟਿਕਟ ਦੇ ਰਿਵਿਊ ਦੇ ਲਈ ਵੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਜੇਕਰ ਟਿਕਟ ਰਿਵਿਊ ਦੌਰਾਨ ਚੌਧਰੀ ਤੋਂ ਟਿਕਟ ਵਾਪਸ ਲੈ ਕੇ ਜਲੰਧਰ ਤੋਂ ਕੇਪੀ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਚੌਧਰੀ ਵੀ ਕਾਂਗਰਸ ਲਈ ਮੁਸ਼ਕਲਾਂ ਖੜੀਆਂ ਕਰ ਸਕਦੇ ਨੇ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਈਲੈਟਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾ ਰਿਹਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਸ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਿਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ, ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ। ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰੋ।